prima di una partita di तेरी कैसी फितरत है न सजना समझ नहीं पाई मोहब्बत है कि ना समझ नहीं पाई मोहब्बत है कि नफरत है बात है जी दोनों के बीच जितना फासला होगा उतनी फ्रस्ट्रेशन होगी इधर ये ही चीज समझाने की कोशिश अक्स मेहरा साहब एक बहुत बढ़िया कलाकार है बहुत कुछ देखा पंजाबी गायकी के बड़े हनेरियां देखिया लेकिन फिर भी फितरत फितरत का मतलब है कि किसी बंदे को उसकी औकात के रहने का सब देना जा ਇਹ ਕਹਿਣਾ ਕਿ ਮੇਰੀ ਫਿਤਰਤ ਇਹ ਆ ਮੇਰੀ ਔਕਾਤ ਇਹ ਆ ਫਿਲਮਾਂ ਦੀ ਬੈਕਗਰਾਉਂਡ ਦੇ ਵਿੱਚ ਆਵਾਜ਼ ਵੀ ਫਿੱਟ ਜਾਂਦੀ ਹੈ ਇਹ ਇੰਨਾ ਦਰਦ ਹੈ ਇਸ ਆਵਾਜ਼ ਦੇ ਵਿੱਚ ਦੂਸਰਾ ਇਹ ਸੰਜੀਦਾ ਬਹੁਤ ਆ ਆਪਣੀ ਜ਼ਿੰਦਗੀ ਦੇ ਵਿੱਚ ਸੰਜੀਦਾ ਇਸ ਗੱਲ ਤੋਂ ਮਤਲਬ ਜਾਂ ਫਿਲਮ ਦੀ ਬੈਕਗਰਾਉਂਡ ਜਿਹੜੀ ਆਵਾਜ਼ ਲੈਣੀ ਹੋਵੇ ਸਿੰਗਿੰਗ ਦੇ ਮਾਮਲੇ 'ਚ ਉਦੋਂ ਬਹੁਤ ਸਿਲੈਕਟਡ ਬੰਦੇ ਲੈ ਜਾਂਦੇ ਆ ਸ਼ਬਦ ਸਾਨੂੰ ਉਹਨਾਂ ਥੀਏਟਰ ਆ ਬੇਸਿਕਲੀ ਅਤੇ ਥੀਏਟਰ ਦੇ ਵਿੱਚ ਜਿਹੜੀ ਆਵਾਜ਼ ਚਾਹੀਦੀ ਹੁੰਦੀ ਆ ਉਹ ਹਰ ਗਾਉਣ ਵਾਲੇ ਕੋਲ ਨਹੀਂ ਹੁੰਦੀ ਮੈਂ ਇੱਕ ਗੱਲ ਇੱਥੇ ਇੰਪੋਰਟੈਂਟ ਕਹਿਣੀ ਚਾਹੁੰਦਾ ਕਿ ਸਾਡੇ ਕੋਲ ਬਹੁਤ ਵੱਡੇ ਕੰਪਨੀ ਆ ਇਹਦਾ ਇਹ ਪੀਸ ਵੀ ਪੇਸ਼ ਕਰੀ ਆ ਜਿਹੜਾ ਸਿੰਗਲ ਟਰੈਕ ਹੈ ਸ਼ਰਮਜੀਤ ਸ਼ਾਨੂ ਦਾ ਫਿਤਰਤ ਸ਼ਰਮਜੀਤ ਸ਼ਾਨੂ ਭਾਈ ਬੱਚੋ ਹੁਣੇ ਤੁਹਾਡਾ ਭਾਈ ਸਾਹਮਣੇ ਭਾਈ ਭਾਈ ਸਾਹਮਣੇ ਸੁਭਾਅ ਜਿਹੜਾ ਆ ਉਹ ਨਹੀਂ ਜੀ ਨੂੰ ਸਮਝਦਾ ਉਹਦੇ ਤੇ ਜੋੜਾ ਜੀ ਦੋਸਤੋ ਮੇਰਾ ਨਾਮ ਨਿਰਮਲ ਜੋੜਾ ਬੇਸਿਕਲੀ ਮੈਂ ਥੀਏਟਰ ਨਾਲ ਜੁੜਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੈਂ ਬਤੌਰ ਡਾਇਰੈਕਟਰ ਯੂਥ ਵੈਲਫੇਅਰ ਕਿਉਂਕਿ ਮੇਰਾ ਸੰਬੰਧ ਨੌਜਵਾਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਸਾਡੇ ਨੌਜਵਾਨ ਕਲਾਕਾਰ ਹੈ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਆ ਉਹਨਾਂ ਦੇ ਨਾਲ ਹੈ ਸ਼ਰਨਜੀਤ ਸਾਨੂੰ ਉਹਨਾਂ ਕਲਾਕਾਰਾਂ ਦੇ ਵਿੱਚੋਂ ਹੀ ਪੈਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਬਹੁਤ ਸਾਰੀਆਂ ਪ੍ਰੋਡਕਸ਼ਨਾਂ ਥੀਏਟਰ ਦੀਆਂ ਜਿਹਦੇ ਵਿੱਚ ਸ਼ਰਨਜੀਤ ਸਾਨੂੰ ਨੇ ਆਪਣੀ ਆਵਾਜ਼ ਦੇ ਕੇ ਉਹਨਾਂ ਪੇਸ਼ਕਾਰੀਆਂ ਨੂੰ ਥੀਏਟਰ ਪੇਸ਼ਕਾਰੀਆਂ ਨੂੰ ਖੂਬਸੂਰਤ ਬਣਾਇਆ ਕਿਉਂਕਿ ਇਹਦੀ ਆਵਾਜ਼ ਦੇ ਵਿੱਚ ਦਰਦ ਹੈ ਇਹਦੀ ਆਵਾਜ਼ ਦੇ ਵਿੱਚ ਜਿਹੜਾ ਅਲਾਪ ਜਾਂ ਇਹਦੀ ਆਵਾਜ਼ ਦੇ ਵਿੱਚ ਜਿਹੜਾ ਫੋਕ ਟੱਚ ਹੈ ਸੂਫੀਆਨਾ ਟੱਚ ਹੈ ਇਹਦੇ ਕੋਲ ਇਸ ਤਰ੍ਹਾਂ ਦੀ ਸ਼ੈਲੀ ਆ ਕਿ ਇਹ ਆਪਣੇ ਸ਼ਬਦਾਂ ਦੇ ਰਾਹੀਂ ਸਰੋਤੇ ਨੂੰ ਕੀਲ ਲੈਂਦਾ ਔਰ ਹੁਣ ਸ਼ਰਨਜੀਤ ਸਾਨੂੰ ਦੀ ਪਹਿਲੀ ਪੇਸ਼ਕਾਰੀ ਹੈ ਜਿਹੜੀ ਫਿਤਰਤ ਇਹਨੂੰ ਮਿਊਜ਼ਿਕ ਰਾਈਟ ਕੰਪਨੀ ਨੇ ਪੇਸ਼ ਕੀਤਾ ਮੈਂ ਮਿਊਜ਼ਿਕ ਰਾਈਟ ਕੰਪਨੀ ਨੂੰ ਮੁਬਾਰਕਬਾਦ ਦਿੰਦਾ ਸ਼ਰਨਜੀਤ ਸਾਨੂੰ ਨੂੰ ਮੁਬਾਰਕਬਾਦ ਦਿੰਦਾ ਔਰ ਸ਼ਬਦਾਵਲੀ ਬਹੁਤ ਖੂਬਸੂਰਤ ਹੈ ਫਿਤਰਤ ਦੇ ਜਿਹੜੇ ਕਲਾਕਾਰ ਹੈਗੇ ਆ ਕਿਉਂ ਪਿੱਛੇ ਰਹਿ ਜਾਂਦੇ ਨੇ ਦੇਖੋ ਕਲਾਕਾਰ ਨੂੰ ਆਪਣੀ ਜ਼ਮੀਰ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਕਲਾਕਾਰ ਨੂੰ ਉਹਦੇ ਪਿੱਛੇ ਸ਼ੋਹਰਤ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਮੈਂ ਮਹਿਸੂਸ ਕਰਦਾ ਔਰ ਸ਼ਰਨਜੀਤ ਸਾਨੂੰ ਕਦੇ ਸ਼ੋਹਰਤ ਦੇ ਪਿੱਛੇ ਨਹੀਂ ਭੱਜਿਆ ਮੈਂ ਇਹਨੂੰ ਜਾਣਦਾ ਬਚਪਨ ਤੋਂ ਲੈ ਕੇ ਔਰ ਪਿਛਲੇ 15 ਸਾਲ ਤੋਂ ਇਹ ਜਦੋਂ ਛੋਟਾ ਹੁੰਦਾ ਸੀ ਉਦੋਂ ਤੋਂ ਇਹ ਸੰਗੀਤ ਦੇ ਨਾਲ ਜੁੜਿਆ ਔਰ ਇੰਨੀ ਪ੍ਰਤੀਬੱਧਤਾ ਦੇ ਨਾਲ ਜੁੜਿਆ ਕਿ ਇਹ ਸੰਗੀਤ ਦੀ ਬਰੀਕੀ ਨੂੰ ਇਹਨੇ ਹੁਣ ਤੱਕ ਸਮਝਿਆ ਔਰ ਉਹ ਸਮਝ ਜਿਹੜੀ ਆ ਸਾਨੂੰ ਇਸ ਗੀਤ ਦੇ ਵਿੱਚੋਂ ਮਿਲਦੀ ਹੈ ਗੱਲ ਕੀਤੀ ਜਾਵੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕਰੋਨਾ ਕਾਲ ਚੱਲ ਰਿਹਾ ਹੈ ਹਾਲਾਤ ਕੀ ਨੇ ਜੋ ਮੀਡੀਆ ਨੂੰ ਆਪਣੇ ਬਾਲੀਵੁੱਡ ਨੂੰ ਪੋਲੀਵੁੱਡ ਨੂੰ ਲੈ ਕੇ ਕੀ ਹਾਲਾਤ ਨੇ ਇਸ ਟਾਈਮ ਉਹਨਾਂ ਦੇ ਵਿੱਚ ਦੇਖੋ ਇਸ ਵੇਲੇ ਇਕੱਲੇ ਬਾਲੀਵੁੱਡ ਜਾਂ ਇਕੱਲੇ ਸੰਗੀਤ ਜਾਂ ਪੰਜਾਬੀ ਫਿਲਮਾਂ 'ਤੇ ਹੀ ਥੋੜ੍ਹਾ ਦੌਰ ਸੋਗ ਦਾ ਨਹੀਂ ਚੱਲ ਰਿਹਾ ਸਮੁੱਚੇ ਸਮਾਜ ਦੇ ਵਿੱਚ ਹਰ ਵਰਗ ਆ ਜਿਹੜਾ ਉਹ ਇਸ ਵੇਲੇ ਸਮੱਸਿਆ ਦੇ ਵਿੱਚ ਆ ਪਰ ਮੈਂ ਸਮਝਦਾ ਕਿ ਕਲਾਕਾਰ ਜਿਹੜੇ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਕਿ ਸਮਾਜ ਦੇ ਵਿੱਚ ਚੰਗਾ ਹੋਕਾ ਦੇਣਾ ਸਮਾਜ ਦੇ ਵਿੱਚ ਉਹ ਹੁਲਾਰਾ ਪੈਦਾ ਕਰ ਦੇਣਾ ਕਿ ਅਸੀਂ ਦੁੱਖਾਂ ਦੇ ਨਾਲ ਟੱਕਰ ਲਈਏ ਅਸੀਂ ਤਕਲੀਫਾਂ ਦੇ ਨਾਲ ਟੱਕਰ ਲਈਏ ਤਕਲੀਫਾਂ ਦੇ ਨਾਲ ਅਸੀਂ ਟੱਕਰ ਆ ਜਿਹੜੀ ਲਈਏ ਔਰ ਸਾਡੇ ਕਲਾਕਾਰ ਕਰ ਰਹੇ ਆ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਕਲਾਕਾਰਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਫਿਲਮਾਂ ਮੈਸੇਜ ਦੇ ਰੂਪ ਦੇ ਵਿੱਚ ਬਣਾ ਕੇ ਭੇਜੀਆਂ ਔਰ ਸ਼ਰਨਜੀਤ ਸਾਨੂੰ ਦੀ ਇਹ ਜਿਹੜੀ ਪੇਸ਼ਕਾਰੀ ਆ ਇਹ ਵੀ ਉਹੀ ਇੱਕ ਰੂਪ ਹੈ ਕਿ ਇਹਨੇ ਉਸ ਲੋਕਡਾਊਨ ਦੇ ਦੌਰਾਨ ਆਪਣੇ ਟਾਈਮ ਨੂੰ ਵੇਸਟ ਨਹੀਂ ਕੀਤਾ ਰਿਆਜ਼ ਕੀਤਾ ਤਪੱਸਿਆ ਕੀਤੀ ਉਸ ਤਪੱਸਿਆ ਦੇ ਵਿੱਚੋਂ ਇਹ ਪੇਸ਼ਕਾਰੀ ਜਿਹੜੀ ਨਿਕਲੀ ਆ ਔਰ ਇਹ ਔਕਾਤ ਦਿਖਾਉਂਦੀ ਆ ਬੰਦੇ ਨੂੰ ਆਪਣੀ ਬੇਸ਼ੱਕ ਗੱਲ ਮੁਹੱਬਤ ਦੀ ਕੀਤੀ ਆ ਲੇਕਿਨ ਉਹਦਾ ਦੂਜਾ ਪਾਸਾ ਜਿਹੜਾ ਤਸਵੀਰ ਦਾ ਉਹ ਬੰਦਾ ਵੀ ਜਿਹੜਾ ਔਕਾਤ ਦੇਖਦਾ ਕਿ ਫਿਤਰਤ ਕੀ ਆ ਕਲਾਸ ਦੇ ਵਿੱਚ ਸਵਾਲ ਹੈ ਕਿ ਕੱਲ ਪਰਸੋਂ ਸ਼ੂਟਿੰਗ ਚੱਲ ਰਹੀ ਸੀ ਲੁਧਿਆਣਾ ਦੇ ਵਿੱਚ ਜਿੰਮੀ ਸ਼ੇਰਗਿੱਲ ਦੇ ਉੱਤੇ ਪਰਚਾ ਕਰ ਦਿੱਤਾ ਗਿਆ ਜੀ ਕਿ ਸ਼ੂਟਿੰਗ ਮਤਲਬ ਕਿ ਕਰੋਨਾ ਕਾਲ ਨੂੰ ਦੇਖਦੇ ਹੋਏ ਕਿ ਸ਼ੂਟਿੰਗ ਉੱਤੇ ਪਾਬੰਦੀ ਵੀ ਹੈ ਉਹਨੂੰ ਦੇਖ ਕੇ ਤੁਸੀਂ ਕਿੱਦਾਂ ਕਹਿੰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਜਿੱਥੋਂ ਤੱਕ ਸਮਝਦਾ ਕਿ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਹੁੰਦਾ ਸਾਨੂੰ ਸਭ ਤੋਂ ਪਹਿਲਾਂ ਸਾਡੀ ਜ਼ਿੰਦਗੀ ਪਿਆਰੀ ਆ ਲੋਕਾਂ ਦੀ ਜ਼ਿੰਦਗੀ ਪਿਆਰੀ ਆ ਔਰ ਸਾਡੇ ਕਲਾਕਾਰ ਕਦੇ ਨਹੀਂ ਚਾਹੁੰਦੇ ਕਿ ਉਹ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਕੇ ਕੰਮ ਕਰਨ ਲੇਕਿਨ ਕਿਤੇ ਨਾ ਕਿਤੇ ਲੈਪਸ ਰਹਿ ਜਾਂਦਾ ਵੀ ਮੰਨ ਲਓ ਕਿਤੇ ਸ਼ੂਟਿੰਗ ਚੱਲ ਰਹੀ ਆ ਬੰਦੇ 20ਾਂ ਦੀ ਪਰਮਿਸ਼ਨ ਲਈ ਆ ਅਤੇ ਅਚਨਚੇਤੀ ਕਿਤੇ ਇਹੋ ਜਿਹੀ ਲੋੜ ਪੈ ਗਈ ਕਿ ਬੰਦੇ ਜ਼ਿਆਦਾ ਹੋ ਗਏ ਇਹੋ ਜਿਹੀ ਕਿਤੇ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਆ ਮੇਰਾ ਖਿਆਲ ਉਹ ਬਾਅਦ ਸੋਲਵ ਵੀ ਹੋ ਗਿਆ ਲੇਕਿਨ ਫਿਰ ਵੀ ਮੈਂ ਕਲਾਕਾਰਾਂ ਵੱਲੋਂ ਵੀ ਇਹ ਬੇਨਤੀ ਕਰਨਾ ਕਿ ਕਲਾਕਾਰ ਜਿਹੜੇ ਆ ਉਹ ਸਾਡੇ ਸਮਾਜ ਦੀ ਤੰਦਰੁਸਤੀ ਲਈ ਆ ਉਹ ਸਮਾਜ ਨੂੰ ਆਪਣੇ ਮਸ਼ਹੂਰੀ ਲਈ ਜਾਂ ਆਪਣੀਆਂ ਫਿਲਮਾਂ ਲਈ ਦਾਅ ਤੇ ਕਦੇ ਨਹੀਂ ਲਾਉਣਗੇ ਸਗੋਂ ਆਪਣੀਆਂ ਫਿਲਮਾਂ ਨੂੰ ਆਪਣੀ ਕਲਾ ਨੂੰ ਸਮਾਜ ਦੀ ਤੰਦਰੁਸਤੀ ਲਈ ਵਰਤਣਗੇ ਔਰ ਵਰਤ ਰਹੇ ਆ ਮੈਂ ਸਰ ਇਹ ਕਹਿਣਾ ਚਾਹਾਂ ਕਿ ਮੈਨੂੰ ਮੈਂ ਬੜਾ ਖੁਸ਼ਨਸੀਬ ਹਾਂ ਕਿ ਮੈਨੂੰ ਮੌਕਾ ਮਿਲਿਆ ਮੈਂ ਜਿਹੜਾ ਇਹ ਗਾਣਾ ਜਿਸ ਚੈਨਲ 'ਤੇ ਰਿਲੀਜ਼ ਹੋ ਰਿਹਾ ਹੈ ਉਹ ਕੰਪਨੀ ਮਤਲਬ ਮੇਰੀ ਹੈ ਮਿਊਜ਼ਿਕ ਰਾਈਟ ਦੀ ਅਤੇ ਮਤਲਬ ਬਹੁਤ ਅੱਛਾ ਮਹਿਸੂਸ ਕਰ ਰਿਹਾ ਕਿ ਇਹਨਾਂ ਹਾਲਾਤਾਂ ਵਿੱਚ ਜਦ ਸਾਰੇ ਲੋਕ ਬੜੇ ਪਰੇਸ਼ਾਨ ਹੈ ਅਤੇ ਅਸੀਂ ਕੁਛ ਐਸਾ ਗੀਤ ਦੇ ਪਾ ਰਹੇ ਹਾਂ ਜਿਹੜੇ ਲੋਕ ਸੁਣ ਕੇ ਸ਼ਾਇਦ ਥੋੜ੍ਹਾ ਸਟ੍ਰੈਸ ਰਿਲੀਜ਼ ਹੋ ਸਕਣਗੇ ਕੀ ਕਹਿਣਾ ਚਾਹੋਗੇ ਵੀ ਇਸ ਤਰ੍ਹਾਂ ਦੀ
ਜਿਹੜੇ ਗੀਤ ਹੈਗੇ ਨੇ ਜਿਹੜੇ ਦਿਲ ਨੂੰ ਸੁਣਦੇ ਨੇ ਆਉਣੇ ਚਾਹੀਦੇ ਅੱਗੇ ਵੀ। ਮੈਂ ਮੈਨੂੰ ਅੱਛਾ ਲੱਗਿਆ ਜੀ ਕਿ ਇਹ ਜਿਹੜਾ ਗੀਤ ਜਿਹੜੇ ਸਾਡੇ ਸਿੰਗਰ ਸਰਨਜੀਤ ਸ਼ਾਨੂ ਨੇ ਗਾਇਆ ਹੈ, ਉਹਨਾਂ ਦੀ ਬੜੀ ਹੀ ਅੱਛੀ ਆਵਾਜ਼ ਹੈ, ਸੰਜੀਦੀ ਆਵਾਜ਼ ਹੈ, ਔਰ ਖੁਦ ਹੀ ਉਹ ਲਿਖਦੇ ਹੈ ਔਰ ਮਿਊਜ਼ਿਕ ਵੀ ਉਹਨਾਂ ਨੇ ਖੁਦ ਹੀ ਬਣਾਇਆ ਹੈ, ਔਰ ਇਹਦੀ ਵੀਡੀਓ ਬਹੁਤ ਅੱਛੀ ਆਈ ਹੈ। 30 ਤਰੀਕ ਨੂੰ ਅਸੀਂ ਇਹ ਗਾਣਾ ਰਿਲੀਜ਼ ਕਰ ਰਹੇ ਹਾਂ ਅਤੇ ਮੈਂ ਚਾਹੂੰਗਾ ਹਰ ਬੰਦਾ ਇਹਨੂੰ ਦੇਖੇ ਔਰ ਐਪਰੀਸ਼ੀਏਟ ਕਰੇ। ਨਾਮ ਸਰਨਜੀਤ ਸ਼ਾਨੂ ਹੈ ਜੀ, ਅਤੇ ਹਾਂਜੀ ਮੇਰਾ ਗੀਤ ਹੈ, ਪਹਿਲਾ ਗੀਤ ਹੈ ਮੇਰਾ। ਵੈਸੇ ਮੈਨੂੰ ਇੰਡਸਟਰੀ 'ਚ ਕੰਮ ਕਰਦੇ ਨੂੰ 15 ਸਾਲ ਹੋ ਚੁੱਕੇ ਨੇ। ਮੈਂ ਫਿਲਮਸ ਦਾ ਔਰ ਥੀਏਟਰ ਦਾ ਔਰ ਡਿਵੋਸ਼ਨਲ ਮੈਂ ਕਾਫੀ ਸਾਰਾ ਮਿਊਜ਼ਿਕ ਮਤਲਬ ਐਜ਼ ਏ ਮਿਊਜ਼ਿਕ ਡਾਇਰੈਕਟਰ ਕੰਮ ਕੀਤਾ। ਫਸਟ ਐਲਬਮ ਹੈ ਮੇਰੀ ਜਿਹਦੇ ਵਿੱਚ ਮੈਂ ਐਜ਼ ਏ ਸਿੰਗਰ ਲਾਂਚ ਹੋ ਰਿਹਾ। ਮਿਊਜ਼ਿਕ ਰਾਈਟ ਕੰਪਨੀ ਦੇ ਵਿੱਚ ਮੇਰਾ ਇਹ ਸੌਂਗ ਆ ਰਿਹਾ। ਕਦੇ ਤੂੰ ਜੀ ਜੀ ਕਰਦਾ ਹੈ, ਕਦੇ ਮੈਨੂੰ ਖਾਣ ਨੂੰ ਪੈਂਦਾ ਹੈ, ਕੋਈ ਇੱਦਾਂ ਨਹੀਂ ਕਰਦਾ ਜਿੱਦਾਂ ਦੀ ਤੇਰੀ ਹਰਕਤ ਹੈ, ਤੇਰੀ ਕੈਸੀ ਫਿਤਰਤ ਹੈ। ਗਾ ਕੇ ਮੈਂ ਤੁਹਾਨੂੰ ਅੰਦਰ ਮੇਰੇ ਖਿਆਲ ਸੁਣਾਇਆ ਸੀ, ਤੁਸੀਂ ਸੁਣਿਆ ਗਾਣੇ। ਐਕਚੁਅਲੀ ਮੈਸੇਜ ਇਸ ਗਾਣੇ ਦਾ ਐਂ ਆ ਵੀ ਮੈਨੂੰ ਲੱਗਦਾ ਵੀ ਇਹ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ ਸੀ, ਪਰ ਚਲੋ ਜੇ ਤੁਸੀਂ ਪੁੱਛਿਆ ਤਾਂ ਅੱਜ ਦੀ ਡੇਟ 'ਚ ਤੁਸੀਂ 99% ਜਿਹੜੇ ਗਾਣੇ ਆ ਉਹ ਆਪਣੀ ਤਾਰੀਫ ਕਰ ਰਹੇ ਨੇ ਸਿੰਗਰ। ਇਹ ਥੋੜ੍ਹਾ ਜਿਹਾ ਅਸੀਂ ਕੁਛ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ ਵਿੱਚ ਮੈਂ ਆਪਣੀ ਤਾਰੀਫ ਨਹੀਂ ਕਰ ਰਿਹਾ ਐਜ਼ ਏ ਸਿੰਗਰ, ਅਤੇ ਇਹਦੇ ਵਿੱਚ ਅਸੀਂ ਲੜਕੀ ਦੀ ਜਿਹੜੀ ਇੱਕ ਤ੍ਰਾਸਦੀ ਆ ਉਹਨੂੰ ਬਿਆਨ ਕੀਤਾ। ਲੱਗਦਾ ਨਹੀਂ ਕਿਹੜੇ ਗੀਤ ਅੱਜ ਕੱਲ੍ਹ ਆ ਰਹੇ ਆ, ਮਾਹੌਲ ਖਰਾਬ ਹੋ ਰਿਹਾ ਨਾਲ, ਕਿੱਦਾਂ ਤੁਹਾਡੇ ਜੀ ਨਾਲ ਜੁੜੇ ਜਾਊਗੇ? ਹਾਂਜੀ ਹਾਂਜੀ ਮੈਂ ਮੇਰੀ ਕੋਸ਼ਿਸ਼ ਇਹ ਰਹੂਗੀ ਕਿਉਂਕਿ ਮੈਂ ਸਿੱਖਿਆ ਬਹੁਤ ਘੱਟ ਆ, ਪਰ ਫਿਰ ਵੀ ਮੈਂ ਮਤਲਬ ਕੰਮ ਜਿੰਨਾ ਕੁ ਮੈਂ ਕਰਦਾ ਤਾਂ ਮੇਰਾ ਲੋਕ ਬਹੁਤ ਸਲਾਹੁੰਦੇ ਆ ਕੰਮ, ਉਹ ਇਸ ਕਰਕੇ ਆ ਕਿਉਂਕਿ ਮੈਂ ਸਰਦੂਲ ਸਾਹਿਬ ਨੂੰ ਬਹੁਤ ਸੁਣਿਆ, ਅਤੇ ਹੁਣ ਮੈਨੂੰ ਇਸ ਗੱਲ ਦੀ ਟੈਨਸ਼ਨ ਸੀ ਕਿ ਸਰਦੂਲ ਸਾਹਿਬ ਨੂੰ ਸੁਣ ਸੁਣ ਕੇ ਮੈਂ ਸਿੱਖ ਗਿਆ ਅਤੇ ਆਉਣ ਵਾਲੀ ਪੀੜ੍ਹੀ ਕਿਹਨੂੰ ਸੁਣ ਕੇ ਸਿੱਖੂਗੀ, ਅਤੇ ਇਸ ਕਰਕੇ ਮੈਂ ਥੋੜ੍ਹਾ ਜਿਹਾ ਸਾਡਾ ਇਹ ਸੂਫੀਆਨਾ ਔਰ ਕਲਾਸੀਕਲ ਇਹ ਮਿਕਸ ਜਿਹੜਾ ਪ੍ਰੋਡਕਟ ਅਸੀਂ ਤਿਆਰ ਕੀਤਾ।